सत श्री अकाल दोस्तों, अज असी पहुंचे पिंड जगजीत नगर। तुहानू एक ऐसे मिस्त्री नाल मिलवावांगे जिन्हां दा खानदानी काम आ, जिहड़ा खानदानी किता है वह मिस्त्री है। इहने मिस्त्री बलवंत सिंह जी, इन्हां दे फादर साहब सी मिस्त्री शिंगारा सिंह जी बणी तों, और मन्ने परवन्ने मिस्त्री सीगे उह। तो इन्हों का भी काम बहुत वधिया, बहुत टॉप का काम है मिस्त्री बलवंत सिंह जी का। आप इन्हां नाल काम गलबात करते हैं भी ट्रैक्टर तो इलावा होर केड़िया केड़िया मशीनां दे केड़े केड़े संदां दा इह काम करदे आ, आओ आपां करदे आ। इह दोस्तों इह ट्रैक्टर आ जिहड़ा, इह मैसी ट्रैक्टर आ। इहदी लिफ्ट दे विच दिक्कत सी, आपां पुछदे आ मिस्त्री तों भी इहदे दिक्कत की सी। उस तों बाद जिहड़ा किसान इहदा मालक, आपां उहदे नाल भी गल करांगे भी इहदे च की गलबात सी, की सी। बई सत श्री अकाल ਬਾਈ ਜੀ, ਜਿਹੜਾ ਇਹ ਟਰੈਕਟਰ ਦਾ ਤੁਸੀਂ ਕੰਮ ਕੀਤਾ ਹੈ, ਹਾਂਜੀ, ਇਹਦੇ ਵਿੱਚ ਕੀ ਫਾਲਟ ਸੀ? ਪਹਿਲਾਂ ਤਾਂ ਜੀ ਤਹਿ ਦਿਲੋਂ ਧੰਨਵਾਦ ਏ ਡੀ ਸੀ ਲਾਈ ਵਾਲਿਆਂ ਦਾ ਜਿਹੜੇ ਸਾਡੇ ਵਰਕਸ਼ਾਪ 'ਚ ਪਹੁੰਚੇ ਜੀ। ਅਤੇ ਇਹਦੇ 'ਚ ਬਾਈ ਜੀ ਕੰਪਨੀ ਵੱਲੋਂ ਜਿਉਂ ਟਰੈਕਟਰ ਆਇਆ ਤਾਂ ਜਦੋਂ ਟਰੈਕਟਰ ਬੰਦ ਕਰਕੇ ਜਾਂ ਕੋਈ ਵੀ ਇਹਦੇ ਮੰਗਰ ਇੰਪਲੀਮੈਂਟ ਕੋਈ ਵੀ ਸਾਧਨ ਪਾਇਆ ਹੁੰਦਾ ਜੀ ਤਾਂ ਹੌਲੀ ਹੌਲੀ ਇਹ ਥੱਲੇ ਸੜ ਜਾਂਦਾ ਜੀ। ਤਾਂ ਕੰਪਨੀ 'ਚ ਵੀ ਬਾਈ ਹੋਰਾਂ ਨੇ ਕੰਪਲੇਂਟ ਕੀਤੀ ਤਾਂ ਇਹ ਕਹਿੰਦੇ ਵੀ ਇਹ ਕੰਪਨੀ ਵੱਲੋਂ ਹੀ ਆ, ਇਹ ਜਾਊਗੀ ਲਿਫਟ ਥੱਲੇ। ਨਹੀਂ ਇਹ ਮਤਲਬ ਇੱਕ ਪੀਸ ਸੀ ਅਤੇ ਸਾਰਿਆਂ 'ਚ ਹੀ ਆ? ਨਹੀਂ ਤਕਰੀਬਨ ਸਾਰਿਆਂ 'ਚ, ਬਾਈ ਹੋਰਾਂ ਦੇ ਕਹਿਣ ਦੀ ਗੱਲ ਹੈ ਸਾਰਿਆਂ 'ਚ। ਹਾਂਜੀ, ਅੱਛਾ। ਅਤੇ ਉਸ ਚੀਜ਼ ਦਾ ਫਿਰ ਆਪਾਂ ਜੀ ਲਿਫਟ ਖੋਲ੍ਹ ਕੇ ਅਤੇ ਹੱਲ ਕੀਤਾ ਜੀ, ਹੁਣ ਕੋਈ ਦਿੱਕਤ ਨਹੀਂ। ਨਹੀਂ ਜਿਹੜਾ ਏਜੰਸੀ ਵੱਲੋਂ ਆ, ਏਜੰਸੀ ਵੱਲੋਂ ਕਿਹਾ ਗਿਆ ਵੀ ਇਹ ਬੰਦ 'ਤੇ ਨਹੀਂ ਥੱਲੇ ਜਾਊਗੀ? ਹਾਂ, ਇਹ ਬਾਈ ਹੋਰੇ ਕਹਿੰਦੇ ਇਹ ਗੱਲ, ਬਾਈ ਹੋਰੇ ਲੈ ਕੇ ਵੀ ਗਏ ਏਜੰਸੀ 'ਚ एजेंसी वालों। ये देखो एजेंसी तो यह सैट नहीं आया, हाथ खड़े करते उन्होंने, और ये जो पिंड दे विच एक मिस्त्री बैठा है उन्हें यह काम कर विखाया। देखो ये जो दिखावांगे भी आ जी लिफ्ट आदो ट्रैक्टर बंद हो जाता है ना उदो अपने आप थले चली जाती सी, और एजेंसी वाले ये कहते सी भी ये जाऊगी ही जाऊगी, ये नहीं रुकती बंद होने तो बाद, लेकिन ये खड़ी है। आप जे अपने बाई जी आ किसान उन्होंने भी आप गलबात करते हैं भी ये वाकई होया। बाई जी आयो इधरले पासे। अच्छा बाई, जिहड़ा तुसीं काम करवाया है ये वाकई सी इस गड़बड़ेशन जरूर ਸੀ? ਏਜੰਸੀ ਵਾਲੇ ਹੱਥ ਖੜੇ ਕਰ ਗਏ ਸੀ? ਤੇ ਫਿਰ ਇਹ ਬਾਈ ਨੇ ਤੁਹਾਨੂੰ ਕੀ ਕਿਹਾ ਮਿਸਤਰੀ ਬਲਵੰਤ ਸਿੰਘ ਨੇ? ਅਸੀਂ ਉਹਨੂੰ ਦੱਸਿਆ ਵੀ ਇਹਦੇ ਵਿੱਚ ਫਾਲਟ ਆ, ਇੱਕ ਤਾਂ ਇਹ ਲਿਫਟ ਸਲੋ ਚੱਕ ਰਿਹਾ, ਇੱਕ ਇਹ ਲਿਫਟ ਬੰਦ ਹੋਏ ਤੋਂ ਬਾਅਦ ਖਾਲੀ ਲਾਈਨਾਂ ਵੀ ਥੱਲੇ ਜਾਂਦੀਆਂ ਸੀ ਜੀ, ਇਹ ਫਿਰ ਇਹਨੇ ਲਿਫਟ ਆਪਾਂ ਪੱਟਿਆ ਅਤੇ ਜੀ ਉਹਨੇ ਨੁਕਸ ਕੱਢ ਦਿੱਤਾ ਜੀ। ਅੱਛਾ, ਨੁਕਸ ਮਤਲਬ ਮਿਸਤਰੀ ਨੇ ਕੱਢਤਾ? ਤੁਸੀਂ ਕੀ ਕਹਿਣਾ ਚਾਹੋਗੇ ਵੀ ਮਿਸਤਰੀ ਬਾਰੇ, ਵੀ ਮਿਸਤਰੀ ਦਾ ਕਿਵੇਂ ਕੰਮ ਆ? ਮਿਸਤਰੀ ਬਹੁਤ ਵਧੀਆ, ਪਰ ਥੋੜ੍ਹਾ ਜਿਹਾ ਹੈ ਸਲੋ ਆ ਜੀ, ਥੋੜ੍ਹਾ ਟਾਈਮ ਮੰਗਦਾ, ਮਤਲਬ ਕੰਮ ਪੂਰਾ ਵਧੀਆ ਜੀ। ਨਹੀਂ ਇਹ ਤਾਂ ਮਤਲਬ ਨਾ ਆਪਾਂ ਆਮ ਹੀ ਵੇਖਦੇ ਹਾਂ, ਤੁਸੀਂ ਕਿਸੇ ਵੀ ਮਤਲਬ ਆਪਾਂ ਦੇਖਦੇ ਨਾ ਕਿਸੇ ਵੀ ਕਿੱਤੇ 'ਚ ਜਿਹੜਾ ਮਿਸਤਰੀ ਸੁਚਿਆਰਾ ਹੋਊਗਾ ਉਹ ਜਿੱਲਾ ਜ਼ਰੂਰ ਹੋਊਗਾ, ਟਾਈਮ ਜ਼ਰੂਰ ਲੱਗੂਗਾ, ਕਿਉਂਕਿ ਜੇ ਫਿਰ ਉਹ ਜੇ ਕਾਹਲੀ ਵਾਲਿਆਂ ਕੋਲ ਤਾਂ ਫਿਰ ਤੁਸੀਂ ਏਜੰਸੀ 'ਚ ਜਾ ਹੀ ਆਏ ਹੋ, ਹੈ ਨਾ, ਅਤੇ ਕਾਹਲੀ ਨਾਲ ਤਾਂ ਫਿਰ ਐਵੇਂ ਦੇ ਕੰਮ ਹੋਣਗੇ, ਟਾਈਮ ਜ਼ਰੂਰ ਲੱਗਦਾ ਜਿਹੜਾ ਆਪਾਂ ਸੁਚਿਆਰਾ ਕੰਮ ਕਰਨਾ। ਅਤੇ ਆਪਾਂ ਇਹ ਹੁਣ ਵਿਖਾ ਸਕਦੇ ਹਾਂ ਵੀ ਲਿਫਟ ਖੜ੍ਹਦੀ ਹੈ? ਖੜ੍ਹੀ ਆ ਜੀ, ਹੁਣ ਇਸ ਟਾਈਮ ਖੜ੍ਹੀ ਆ, ਹੋਏ ਤੋਂ ਬਾਅਦ ਇਹ ਉਹਦੀ ਥੱਲੇ 2 ਮਿੰਟਾਂ ਬਾਅਦ ਲਾਈਨਾਂ ਥੱਲੇ ਲੱਗ ਜਾਂਦੀਆਂ। ਅੱਛਾ, ਪਹਿਲਾਂ ਜਦੋਂ ਬੰਦ ਕਰਦੇ ਸੀ ਥੱਲੇ ਜਾਈਏ ਨਹੀਂ, ਉਦੋਂ ਟਿਕ ਟਿਕ ਕਰਕੇ ਥੱਲੇ ਚੱਲ ਜਾਂਦੇ, ਮਤਲਬ ਹੁਣ ਨਹੀਂ ਗਈ, ਹੁਣ ਸਟਾਰਟ ਕਰੇ ਚੜੇ ਉੱਤੇ ਕਿਤੇ ਕੀ ਵਜਨ ਨਾਲ ਨਾ ਥੱਲੇ ਜਾਂਦੀ ਹੋਵੇ, ਟਰੈਕਟਰ ਸਟਾਰਟ ਕਰੀ ਨਹੀਂ, ਸਟਾਰਟ ਕਰਨ ਦੀ ਲੋੜ ਨਹੀਂ, ਆ ਬੰਦ ਆ ਨਾ ਹੁਣ ਆਪਣਾ, ਥਾਂ ਕਰਕੇ ਦਿਖਾਊਗਾ। ਆਹ ਦੇਖੋ ਦੋਸਤੋ, ਹੁਣ ਇਸ ਟਾਈਮ ਜਿਹੜਾ ਟਰੈਕਟਰ ਬੰਦ ਆ ਔਰ ਲਿਫਟ ਉੱਥੇ ਖੜ੍ਹੀ ਆ, ਤੁਸੀਂ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਬੰਦ ਆ, ਇਹ 14 ਮਾਡਲ ਲਿਫਟ ਖੜ੍ਹੀ ਆ, 14 ਮਾਡਲ ਟਰੈਕਟਰ ਹੈ ਮੈਸੀ ਟਰੈਕਟਰ, ਬਿਲਕੁਲ ਵੇਖੋ ਨਵਾਂ ਫਰੈਸ਼ ਟਰੈਕਟਰ ਹੈ ਇਹ। ਔਰ ਆਹ ਦੇਖੋ, ਠੀਕ ਆ। ਅੱਛਾ ਬਾਈ ਜੀ, ਜਿਹੜੇ ਇਹ ਟਰੈਕਟਰਾਂ ਤੋਂ ਇਲਾਵਾ ਹਾਂਜੀ ਹੋਰ ਕਿਹੜੇ ਕਿਹੜੇ ਸੰਦ ਆ, ਕਿਹੜੀਆਂ ਕਿਹੜੀਆਂ ਮਸ਼ੀਨਾਂ ਜਿਹਨਾਂ ਦਾ ਆਪਾਂ ਕੰਮ ਕਰਦੇ ਹਾਂ? ਹੋਰ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੈ, ਮੇਨ ਕੰਮ ਮੇਰਾ ਮੋਟਰਸਾਈਕਲਾਂ ਦਾ ਵੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਮੋਟਰਸਾਈਕਲ ਹੈ, ਬੁਲਟ ਹੈ ਜੀ, ਅੱਗੇ ਇੱਧਰ ਤੁਸੀਂ ਯਾਮਾ ਦੇਖ ਰਹੇ ਹੋ, ਯਾਮਾ ਹੈ, ਇਹ ਕਿਸੇ ਵੀ ਤਰ੍ਹਾਂ ਦਾ ਕੋਈ ਮੋਟਰਸਾਈਕਲ ਹੈ, ਨਵਾਂ ਮਾਡਲ ਪੁਰਾਣਾ ਮਾਡਲ ਮੋਟਰਸਾਈਕਲਾਂ ਦਾ ਵੀ ਆਪਾਂ ਪੂਰਾ ਕਰਦੇ ਹਾਂ ਇਹ ਕੰਮ। ਠੀਕ ਹੈ, ਉਹ ਮਸ਼ੀਨ ਬੋਰਾਂ ਵਾਲੀ ਹੈ, ਉਹਨਾਂ ਦਾ ਵੀ ਵੱਡੇ ਇੰਜਣਾਂ ਦਾ ਕੰਮ, 6 ਸਿਲੰਡਰ ਲੇਲੈਂਡ ਦਾ, ਟੀ ਸੀ ਦਾ, ਸਾਰੇ ਇੰਜਣਾਂ ਦਾ ਕੰਮ ਕੀਤਾ ਜਾਂਦਾ ਜੀ, ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ ਜੀ। ਬਾਕੀ ਕਾਰਾਂ ਦਾ ਕੰਮ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕਾਰ ਕਿਸੇ ਵੀ ਕੰਪਨੀ ਦੀ, ਕਾਰਾਂ ਦਾ ਕੰਮ ਵੀ ਆਪਾਂ ਕਰਦੇ ਹਾਂ ਜੀ। ਕਰਤਾਰ ਕੰਬਾਈਨ ਦਾ ਵੀ ਕੰਮ ਕੀਤਾ ਜੀ, ਕੰਪਨੀ ਵੱਲੋਂ ਵਿੱਚ ਨੁਕਸ ਸੀਗਾ,
ਉਹ ਆਪਣਾ ਟਾਪ ਸ਼ਾਟ ਵਾਲਾ ਬੁਸ਼ ਖਾ ਜਾਂਦੀ ਸੀ। ਅੱਛਾ। ਕਲੱਚ ਪਲੇਟ ਖਤਮ ਕਰਦੇ ਸੀਜ਼ਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਵਿਚਾਰਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ, ਚੱਲਦੇ ਸੀਜ਼ਨ 'ਚ ਗੇਅਰ ਲਾਉਣਾ ਪੈਂਦਾ ਸੀ ਤਾਂ ਫਿਰ ਕਲੱਚ ਪਲੇਟ ਪਾਉਂਦੇ ਚਲਾਉਂਦੇ, ਪਰ ਉਹ ਕੁਛ ਟਾਈਮ ਚੱਲਦੀ ਫਿਰ ਉਹ ਦਿੱਕਤ ਆ ਜਾਂਦੀ ਸੀ, ਬੈਰਿੰਗ ਤੋੜ ਦਿੰਦੀ ਸੀ ਕਲੱਚ ਵਾਲਾ। ਤਾਂ ਉਹਦੇ ਵੱਲੋਂ ਕੀ ਸੀ, ਕੰਪਨੀ ਦੀ ਫਿਟਿੰਗ ਵੱਲੋਂ ਹੀ ਨੁਕਸ ਸੀਗਾ, ਉਹਦੇ ਫੇਸ ਦੇ ਵਿੱਚ ਫਰਕ ਸੀਗਾ। ਠੀਕ ਹੈ ਜੀ। ਉਹ ਵੀ ਅਸੀਂ ਕੱਲ੍ਹ ਤਿਆਰ ਕਰਕੇ ਉਹਦਾ ਵੀ ਨੁਕਸ ਕੱਢ ਕੇ ਆਏ ਹਾਂ, ਉਹ ਵੀ ਬਿਲਕੁਲ ਓਕੇ ਜੀ, ਸਹੀ ਚੱਲੂ। ਇੱਕ ਕਰਤਾਰ ਵੱਡੀ ਕੰਬਾਈਨ, ਹਾਂਜੀ ਵੱਡੀ ਕੰਬਾਈਨ ਜੀ, ਕਰਤਾਰ 4000 ਜੀ। ਜੀ ਬਾਈ, ਜਿਹੜਾ ਮਿਸਤਰੀ ਬਲਵੰਤ ਸਿੰਘ ਆ, ਹਾਂਜੀ, ਇਹਨਾਂ ਤੋਂ ਤੁਸੀਂ ਕਾਫੀ ਕੰਮ ਕਰਵਾ ਚੁੱਕੇ ਹੋ, ਹਾਂਜੀ, ਜਿਹੜਾ ਇਹਨਾਂ ਦਾ ਕੰਮ ਆ ਉਹ ਕਿਵੇਂ ਲੱਗਿਆ ਤੁਹਾਨੂੰ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਦਿਮਾਗੀ ਮਿਸਤਰੀ ਨੇ ਜੀ, ਅਤੇ ਵਧੀਆ ਕੰਮ ਕਰਦੇ ਜੀ। ਅਤੇ ਬਾਕੀ ਵੀ ਮੋਟਰਸਾਈਕਲ ਤੋਂ ਲੈ ਕੇ, ਹਾਂ, ਅਜੇ ਜਹਾਜ਼ ਜੱਟਾਂ ਕੋਲ ਆਏ ਨਹੀਂ ਤਾਂ ਜਹਾਜ਼ ਵੀ ਕਰ ਦੇਵੇ ਰੈਡੀ ਹੈ। ਸਹੀ ਗੱਲ ਹੈ। ਹਾਂ, ਕੋਈ ਸਾਧਨ ਐਵੇਂ ਦਾ ਹੈ ਹੀ ਨਹੀਂ ਜਿਹੜਾ ਨਾ ਠੀਕ ਹੋਵੇ। ਵਿਗੜੀਆਂ ਵਿਗੜੀਆਂ ਗੱਡੀਆਂ ਜਿਹੜੀਆਂ ਮੰਨ ਕੇ ਚੱਲੋ ਵੀ ਏਜੰਸੀਆਂ 'ਚੋਂ ਹੱਥ ਖੜ੍ਹੇ ਕਰਾ ਕੇ ਆਈਆਂ, ਉਹ ਵੀ ਮਿਸਤਰੀ ਸਾਹਿਬ ਨੇ ਸਹੀ ਕਰੀਆਂ ਜੀ। ਜੀ, ਅਤੇ ਮਤਲਬ ਤੁਸੀਂ ਇਹ ਕਹਿ ਸਕਦੇ ਮਕੈਨਿਕ ਪੱਖੋਂ ਕੋਈ ਜਵਾਬ ਨਹੀਂ? ਮਕੈਨਿਕ ਪੱਖੋਂ ਓਕੇ ਜੀ। ਜੀ, ਕਮੀ ਕੋਈ ਨਹੀਂ ਗੀ, ਆਪਦਾ ਜਿਵੇਂ ਦਾ ਅਗਲੇ ਦਾ ਸਾਧਨ ਹੈ ਓਕੇ ਕਰਕੇ ਭੇਜਦੇ ਆ। ਬਿਲਕੁਲ ਜੀ, ਬਹੁਤ ਬਹੁਤ, ਕੋਈ ਕਮੀ ਨਹੀਂ ਆਉਂਦੀ ਜੀ। ਜੀ, ਬਹੁਤ ਬਹੁਤ ਧੰਨਵਾਦ ਜੀ। ਠੀਕ। ਇਹ ਆਹ ਦੇਖੋ, ਆਹ ਜਿਹੜਾ ਟਰੈਕਟਰ ਹੈ ਨਾ, ਆਈਸ਼ਰ ਬਲਟਰਾ, ਵਾਹ, ਇਹ ਇਸ ਏਰੀਏ ਵਿੱਚ ਹੀ ਟਰੈਕਟਰ ਹੈ ਨਹੀਂ, ਇੱਥੇ ਪਹਿਲਾ ਟਰੈਕਟਰ ਹੈ ਇਹਦਾ ਵੀ ਇੱਥੇ ਕੰਮ ਹੋਣ ਵਾਸਤੇ ਆਇਆ। ਉੱਧਰ ਹਿੰਦੁਸਤਾਨ ਟਰੈਕਟਰ ਖੜ੍ਹਾ ਹੈ, ਇਹ ਤੁਸੀਂ ਦੇਖ ਸਕਦੇ ਹੋ, ਪੱਚੂ ਇੰਜੀਨੀਅਰਿੰਗ ਵਰਕਸ਼ਾਪ। ਹਾਂ, ਮਸ਼ੀਨ ਦਾ ਇੰਜਨ ਕਰਿਆ, ਮਸ਼ੀਨ ਦਾ ਦੇਖੋ, ਇਹ ਇੰਜਨ ਹੈ ਕਿਹੜਾ ਬਾਈ ਇਹਦੇ 'ਚ? ਟੀਸੀ ਦਾ, ਟਾਟਾ ਦਾ ਇੰਜਨ ਆ ਬਾਈ ਜੀ, ਇਹ ਦੇਖੋ, ਲੇਹ ਲੈਂਡ ਇੰਜਨ, ਟਰੱਕਾਂ ਦਾ ਇੰਜਨ ਆ ਗਿਆ ਹੈ ਨਾ, ਦੇਖੋ ਇਹਦਾ ਵੀ ਬੋਰ ਕਰਿਆ, ਇਹਦਾ ਇੰਜਨ ਕਰਿਆ ਇਸਦਾ। ਸੋ ਦੋਸਤੋ, ਤੁਸੀਂ ਸੁਣਿਆ, ਇਹ ਨੇ ਮਿਸਤਰੀ ਬਲਵੰਤ ਸਿੰਘ ਜੀ, ਇਹਨਾਂ ਦਾ ਪਿਛਲਾ ਪਿੰਡ ਹੈਗਾ ਬਣੀ, ਪਹਿਲਾਂ ਬਣੀ ਕੰਮ ਕਰਿਆ ਕਰਦੇ ਸੀ, ਹੁਣ ਇਹਨਾਂ ਨੇ ਇਹ ਜਿਹੜੀ ਦੁਕਾਨ, ਇਹ ਵਰਕਸ਼ਾਪ ਆਪਣੀ ਜੀਵਨ ਨਗਰ, ਸੋਰੀ, ਜਗਜੀਤ ਨਗਰ ਪਿੰਡ ਦੇ ਵਿੱਚ ਇਹ ਜਿਹੜੀ ਵਰਕਸ਼ਾਪ ਲਾਈ ਆ। ਔਰ ਤੁਸੀਂ ਸੁਣਿਆ, ਮੋਟਰਸਾਈਕਲਾਂ ਤੋਂ ਲੈ ਕੇ, ਚਾਹੇ ਉਹ ਕਾਰਾਂ ਦਾ ਕੰਮ ਹੋਵੇ, ਕੋਈ ਮੋਟਰਸਾਈਕਲ ਹੋਵੇ, ਕੋਈ ਵੀ ਕਾਰ ਹੋਵੇ, ਕਿਸੇ ਵੀ ਤਰ੍ਹਾਂ ਦਾ ਟਰੈਕਟਰ ਹੋਵੇ, ਜਿਵੇਂ ਵੱਡੀਆਂ ਕੰਪਾਈਨਾਂ ਤੋਂ ਲੈ ਕੇ ਜਿਹੜਾ ਇਹ ਕੰਮ ਜਿਹੜਾ ਕਰਦੇ ਆ, ਇੰਜਨਾਂ ਦਾ, ਗੇਅਰਾਂ ਦਾ, ਸਾਰਾ ਹਿੱਸਿਆਂ ਦਾ ਜੋ ਵੀ ਕੰਮ ਆ, ਇਹ ਬਹੁਤ ਹੀ ਤਸੱਲੀ ਬਖਸ਼ ਕੰਮ ਕਰਦੇ ਆ। ਔਰ ਤੁਸੀਂ ਸੁਣਿਆ ਵੀ ਆ ਵੀ ਜਿੱਥੇ ਏਜੰਸੀ ਵਾਲਿਆਂ ਨੇ ਹੱਥ ਖੜ੍ਹੇ ਕਰਤੇ, ਉਹ ਕੰਮ ਵੀ ਇਹਨਾਂ ਨੇ ਕਰ ਵਿਖਾਇਆ। ਇਹਨਾਂ ਦੇ ਮੈਂ ਤੁਹਾਨੂੰ ਫਾਦਰ ਸਾਹਿਬ ਡੈਡੀ ਬਾਰੇ ਵੀ ਦੱਸਿਆ ਵੀ ਉਹਨਾਂ ਦੀ ਬਣੀ ਦੇ ਵਿੱਚ ਜਿਹੜੀ ਦੁਕਾਨ ਸੀ, ਔਰ ਇੱਕ ਨੰਬਰ ਦੇ ਮਿਸਤਰੀ ਸੀ। ਉਸ ਤੋਂ ਬਾਅਦ ਜਿਵੇਂ ਸੁਦਾਗਰ ਮਿਸਤਰੀ ਹੈ, ਉਹਨਾਂ ਨੂੰ ਹੈਡ ਮਿਸਤਰੀ ਦੇ ਨਾਂ ਤੋਂ ਜਾਣਿਆ ਜਾਂਦਾ ਪਿੰਡ ਹਰੀਪੁਰਾ ਜਗਜੀਤ ਨਗਰ ਦੇ ਵਿੱਚ। ਅੱਜ ਵੀ ਉਹ ਜਿਹੜਾ ਚਨਾਈ ਦਾ, ਸਾਰੀ ਦਾ ਕੰਮ ਆ ਜਾਂ ਲੱਕੜ ਦਾ ਕੰਮ ਆ, ਬਹੁਤ ਹੀ ਸੁਚਿਆਰਾ ਕੰਮ ਆ। ਨੇੜੇ ਨੇੜੇ ਦੇ ਜਿਹੜੇ 5-7-10 ਪਿੰਡਾਂ ਦੇ ਲੋਕ ਆ, ਇੱਥੇ ਉਹਨਾਂ ਤੋਂ ਕੰਮ ਕਰਵਾਉਣ ਆਉਂਦੇ ਆ। ਔਰ ਉਸ ਤੋਂ ਬਾਅਦ ਸਾਧੂ ਮਿਸਤਰੀ, ਉਹਨਾਂ ਦਾ ਵੀ ਜਿਹੜਾ ਬਿਜਲੀ ਦਾ, ਲਾਈਟਾਂ ਦਾ, ਜਾਂਦੀ ਮੋਟਰਾਂ ਦਾ ਕੰਮ ਬਹੁਤ ਵਧੀਆ ਕੰਮ ਸੀ ਉਹਨਾਂ ਦਾ। ਔਰ ਉਹਨਾਂ ਦੇ ਹੁਣ ਬੇਟੇ ਆ ਜਿਹੜੇ, ਉਹਨਾਂ ਨੇ ਵੀ, ਦੋਨੋਂ ਬੇਟਿਆਂ ਨੇ ਆਪੋ ਆਪਣੀਆਂ ਵਰਕਸ਼ਾਪਾਂ ਲਾ ਰੱਖੀਆਂ, ਆਪੋ ਆਪਣਾ ਕੰਮ ਚਲਾ ਰੱਖਿਆ। ਔਰ ਸੁਦਾਗਰ ਸਿੰਘ ਦੇ ਅੱਗੇ ਬੇਟੇ ਹੈਗੇ ਮਿਸਤਰੀ ਗੁਰਮੀਤ ਸਿੰਘ, ਜੋ ਕਿ ਠੇਕੇਦਾਰ ਆ, ਕੋਠੀਆਂ ਦੇ ਠੇਕੇਦਾਰ, ਬਹੁਤ ਵਧੀਆ ਉਹਨਾਂ ਦੇ ਜਿਹੜੇ ਡਿਜ਼ਾਇਨ, ਜਿਹੜੇ ਕੋਠੀਆਂ ਤਿਆਰ ਕਰੀਆਂ ਹੋਈਆਂ। ਪਾਲਾ ਸਿੰਘ ਆ, ਔਰ ਉਹਨਾਂ ਦੇ ਛੋਟੇ ਬੇਟੇ ਦਲਵੀਰ ਸਿੰਘ, ਉਹ ਵੀ ਜਿਹੜੇ ਮਿਸਤਰੀ ਗੁਰਮੀਤ ਸਿੰਘ ਨਾਲ, ਉਹਨਾਂ ਦੇ ਨਾਲ ਕੋਠੀਆਂ ਦੇ ਵਿੱਚ ਕੰਮ ਕਰਦੇ ਆ। ਔਰ ਇਹ ਖਾਨਦਾਨੀ ਕਿੱਤਾ ਇਹਨਾਂ ਦਾ, ਇੱਕ ਖਾਨਦਾਨੀ ਮਿਸਤਰੀ ਆ, ਜੋ ਇਹ ਦਾਦੇ ਪੜਦਾਦਿਆਂ ਤੋਂ ਲੈ ਕੇ, ਜੋ ਇਹਨਾਂ ਦਾ ਇਹ ਦਾਦਾ ਜੀ ਸੀ ਨਾ, ਬਾਬਾ ਹੈਡ ਮਿਸਤਰੀ ਨੂੰ ਇਸ ਨਾਮ ਪਿੰਡ ਤੋਂ ਜਾਣਿਆ ਜਾਂਦੇ, ਹੈਡ ਮਿਸਤਰੀ ਨਾਂ ਤੋਂ, ਉਹ ਬਰਮਾ ਦੇ ਵਿੱਚ ਵੀ ਉਹ ਕੰਮ ਕਰਕੇ ਆਏ ਸੀਗੇ। ਉੱਥੇ ਵੀ ਕਾਫੀ ਦੇਰ ਉਹਨਾਂ ਨੇ ਜਿਹੜਾ ਮਿਸਤਰੀ ਦਾ ਹੀ ਕੰਮ ਕੀਤਾ ਸੀਗਾ। ਉੱਥੋਂ ਆ ਕੇ ਫਿਰ ਇੱਥੇ ਇਹ ਜਿਹੜੇ ਹੈਡ ਮਿਸਤਰੀ ਵੱਜਣ ਲੱਗ ਗਏ। ਔਰ ਬਹੁਤ ਵਧੀਆ ਕੰਮ ਇਹਨਾਂ ਦਾ, ਸਾਰੇ ਪਰਿਵਾਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ।